अज आए हैं जी दर्शन करन गुरुद्वारा नाड़ा साहिब पंचकुला हरियाणा। ये पंचकुला दे थोड़े बाहरी इलाके च पैंदा हैगा, शहर तो बार बार है ते पहाड़ी इलाके विच हैगा। ये गुरुद्वारा इतिहासिक गुरुद्वारा है, गुरु गोबिंद सिंह जी इत्थे आए सी ते इत्थे पूर्णमाशी वाले दिन अमृत संचार हुंदा है। रात दे टाइम काफ़ी संगत हुंदी है इत्थे। ਕੱਕੂ ਦੇ ਬੰਦ ਹੋ ਨਾ, ਕੱਕੂ ਬਣਵਾਓ, ਪਾਪਾ ਬਣਨਗੇ। ਦੇਖੋ ਲੋਕ ਕਿਵੇਂ ਤਨ ਮਨ ਧਨ ਨਾਲ ਇੱਥੇ ਸ਼ਰਧਾ ਪੂਰਵਕ ਸੇਵਾ ਕਰਦੇ ਹੈ। ਹਾਂਜੀ ਵਧੀਆ, ਠੀਕ ਠਾਕ। ਹਾਂਜੀ ਇਹ ਛੋਟੀ ਦਾ ਬਰਥਡੇ ਹੈ। ਗੁਰਦੁਆਰਾ ਬਹੁਤ ਵੱਡਾ ਬਣਿਆ ਹੋਇਆ ਹੈ, ਕਾਫੀ ਜਗ੍ਹਾ ਵਿੱਚ ਹੈ ਤੇ ਪਿੱਛੇ ਇੱਧਰ ਪਾਠ ਚੱਲਦੇ ਹੁੰਦੇ ਹੈ। ਜਿਹਨੇ ਆਪਦੀ ਸ਼ਰਧਾ ਭਾਵਨਾ ਨਾਲ ਪਾਠ ਕਰਵਾਉਣਾ ਹੋਵੇ ਇੱਥੇ ਜੋਤ ਬਹੁਤ ਸ਼ਰਧਾ ਭਾਵਨਾ ਨਾਲ ਸੰਗਤ ਇੱਥੇ ਆਉਂਦੀ ਹੈ। ਲੋਕਾਂ ਦੀਆਂ ਮਨੋਕਾਮਨਾ ਬਹੁਤ ਪੂਰੀਆਂ ਹੁੰਦੀਆਂ, ਦੂਰ ਦੂਰ ਤੋਂ ਸੰਗਤਾਂ ਆਉਂਦੀਆਂ ਇੱਥੇ। ਇਸ ਸਥਾਨ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਚਰਨ ਛੋਹ ਪ੍ਰਾਪਤ ਹੈ ਅਤੇ ਇੱਥੇ ਜੋ ਵੀ ਆਉਂਦਾ ਹੈ ਇੱਥੇ ਲਹਿਰਾਂ ਪਹਿਰਾਂ ਹੋ ਜਾਂਦੀਆਂ ਬੰਦੇ ਦੀਆਂ।
ਬਹੁਤ ਹੀ ਤਰੱਕੀਆਂ ਕਰਦਾ ਹੈ। ਅਸਾਂ ਖੁਦ ਅਜ਼ਮਾ ਕੇ ਦੇਖਿਆ ਹੋਇਆ, ਅਸੀਂ ਇਸ ਗੁਰੂ ਘਰ ਨਾਲ ਜੁੜੇ ਹੋਏ ਹੈ। ਇੱਥੇ ਮੇਰੇ ਹਸਬੈਂਡ ਤਾਂ ਰੋਜ਼ ਹੀ ਆਉਂਦੇ ਹੈ, ਐਕਚੁਅਲੀ ਅਸੀਂ ਤਾਂ ਫਿਰ ਵੀ ਬੱਚਿਆਂ ਨਾਲ ਕਈ ਵਾਰ ਮਿਸ ਹੋ ਜਾਂਦਾ ਮੇਰਾ ਤਾਂ ਹਸਬੈਂਡ ਰੋਜ਼ ਆਉਂਦੇ ਹੈ। ਤਾਂ ਬਹੁਤ ਸ਼ਾਂਤੀ ਮਿਲਦੀ ਹੈ ਇੱਥੇ ਆ ਕੇ, ਮਤਲਬ ਕਿ ਗਲਤ ਪਾਸੇ ਤਾਂ ਬੰਦਾ ਜਾਂਦਾ ਹੀ ਨਹੀਂ, ਇੰਨੀ ਪੋਜ਼ਿਟਿਵ ਐਨਰਜੀ ਮਿਲਦੀ ਹੈ, ਹਰ ਤਰਫ ਚੰਗਾ ਹੀ ਹੁੰਦਾ ਹੈ ਜੋ ਵੀ ਹੁੰਦਾ ਨਾ। ਤਾਂ ਇੱਕ ਬੰਦੇ ਨੂੰ ਡਰ ਵੀ ਰਹਿੰਦਾ ਹੈਗਾ, ਚਾਹੇ ਆਪਾਂ ਬਿਜ਼ਨਸ ਕਰ ਰਹੇ ਹਾਂ ਕੁਛ ਵੀ ਕਰ ਰਹੇ ਹਾਂ, ਕਿ ਆਪਾਂ ਗਲਤ ਨਹੀਂ ਕਰਨਾ, ਗਲਤ ਵੇ ਨਹੀਂ ਅਪਣਾਉਣਾ, ਸਹੀ ਰਸਤੇ ਚੱਲਣਾ ਹੈ। ਇੱਥੋਂ ਇਹ ਹੀ ਆਪਾਂ ਨੂੰ ਸਿਕਸ਼ਾ ਮਿਲਦੀ ਹੈਗੀ ਹੈ, ਚਾਹੇ ਚੰਗੇ ਮਾੜੇ ਦਿਨ ਬੰਦੇ 'ਤੇ ਆਉਂਦੇ ਰਹਿੰਦੇ ਹੈ, ਪਰ ਆਪਾਂ ਨੂੰ ਹਮੇਸ਼ਾ ਸਹੀ ਚੀਜ਼ ਦਾ ਹੀ ਸਾਥ ਦੇਣਾ ਚਾਹੀਦਾ, ਸਹੀ ਰਸਤੇ 'ਤੇ ਚੱਲਣਾ ਚਾਹੀਦਾ। ਰੱਬ ਹੀ ਆਪਣਾ ਸਾਥ ਦਿੰਦਾ ਹਰ ਥਾਂ 'ਤੇ। ਫਿਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।